ਅਸਲਾਮੁਆਲੈਕਮ ਭਾਈ ਤੁਹਾਡਾ ਭਾਈ ਸ਼ਾਹਦ ਮਹਿਮੂਦ ਅੱਜ ਤੇ ਮੈਸੀ 240 ਲੈ ਕੇ ਆਇਆ ਹੈ ਆ ਵੇਖੋ 올ਡ ਮਾਡਲ ਦੇ ਬਹੁਤ ਸ਼ੌਕੀਨ ਬੰਦੇ ਨੇ ਤੇ ਮੈਂ ਕਿਹਾ ਚੱਲ ਹੁਣ 올ਡ ਮਾਡਲ ਹੀ ਕੋ ਦੋ ਚਾਰ ਲੱਭ ਕੇ ਤੇ ਇਹ ਭਰਾਵਾਂ ਨੂੰ ਇਹ ਤੁਹਾਡੇ ਕਮੈਂਟਾਂ ਤੇ ਤੁਹਾਡੀ ਫਰਮਾਇਸ਼ ਤੇ 240 ਪੁਰਾਣਾ ਮਾਡਲ ਲੱਭਿਆ ਭਾਈ ਤੇ ਇਹ ਵੇਖ ਲਓ ਸਭ ਤੋਂ ਪਹਿਲਾਂ ਇਹਦੀ ਆ ਸ਼ੋਅ ਵੇਖ ਲਵੋ ਸ਼ੋਅ ਦਾ ਰੰਗ ਵੇਖ ਲਵੋ ਇਹਦੇ ਹੁਣ ਆਨੇ ਆਪੀ ਬਣਾ ਲਏ ਕਿੰਨੇ ਆਨੇ ਆ ਲੇਕਿਨ ਜੋ ਵੀ ਹੈ ਤੁਹਾਡੇ ਸਾਹਮਣੇ ਆ ਬਾਈ ਆ ਤੇ 10 ਦਾ ਮਾਡਲ ਸ਼ੈਡਲ ਸਾਰਾ ਕੋਈ ਦੱਸ ਟਰੈਕਟਰ ਵਾਲੇ ਬਾਈ ਅੱਗੇ ਨਹੀਂ ਆ ਰਹੇ ਕਹਿੰਦੇ ਨੇ ਬਈ ਆਪੀ ਦੱਸ ਦਿਓ ਮਾਡਲ ਹੈਗਾ ਜੇ 82 ਇਹਦੀ ਆ ਚੇਸੀ ਪਤਰੀ ਵੇਖ ਲਵੋ ਇਹਦੀ ਚੇਸੀ ਪਤਰੀ ਜੇ ਮਿੱਟੀ ਪਈ ਹੈ ਤੇ ਇਹ ਵੇਖੋ ਇਹ ਜਿਹੜਾ ਨਾ ਟਰੈਕਟਰ ਚੱਲਦਾ ਪਿਆ ਜਿਸ ਸਪੈਲਰ ਤੇ ਇਹ ਇਹ ਦੇਖੋ ਇਹਦੇ ਪਿੱਛੇ ਉਹ ਸ਼ਾਫਟ ਪਾਈ ਹੋਈ ਹੈ ਐਸੇ ਕੰਮ ਤੇ ਲਾਇਆ ਇੱਕ ਸਾਲ ਹੋ ਗਿਆ ਇਹਨੂੰ ਇਹਦੇ ਪਿੱਛੇ ਐਸ ਸਪੈਲਰ ਹੈਗਾ ਜੀ ਠੀਕ ਆ ਤੇ ਇਸੇ ਤੇ ਇਹਨਾਂ ਨੇ ਚਲਾਇਆ ਹੋਇਆ ਤੇ ਉਹ ਕਹਿੰਦੇ ਨੇ ਭਾਈ ਅਸੀਂ ਇਹ ਦੇਣਾ ਚਾਹੁੰਦੇ ਆ ਸਪੈਲਰ ਇਹਨਾਂ ਨੇ ਨਹੀਂ ਵੇਚਣਾ ਠੀਕ ਹੈ ਕੱਲਾ ਟਰੈਕਟਰ ਵੇਚਣਾ ਭਾਈ ਆਵੇ ਲੋ ਅਗਲਾ ਜਿਹੜਾ ਟਾਇਰ ਹੈ ਤੇ ਅੱਧਾ ਕ ਹੈਗਾ ਅੱਧਾ ਟਾਇਰ ਹੈਗਾ ਅਗਲਾ ਜਿਹੜੇ ਪਿਛਲੇ ਟਾਇਰ ਹੈਗੇ ਨੇ ਭਾਈਓ ਲਾਲੋ ਸਾਬਣ ਚਵਾਨੀ ਹੈ ਜਾਂ ਕਿੰਨੇ ਨੇ ਉਹ ਵੇਖ ਲਵੋ ਐ ਵੇਖ ਲਓ ਤੇ ਰਿਮ ਰੰਗ ਹੋਏ ਨੇ 82 ਮਾਡਲ ਹੈ ਭਾਈ ਲੇਕਿਨ ਇਹ ਅਭੀ ਇੱਕ ਇਹ ਰਿਮ ਚ ਦਾਗ ਹੈਗਾ ਜੇ ਇਹ ਵੇਖ ਲਵੋ ਠੀਕ ਹੈ ਬਾਕੀ ਕੋਈ ਨਹੀਂ ਸਾਫ ਹੈ ਤੇ ਆ ਅਗਲੇ ਰਿਮ ਵੇਖ ਲਵੋ ਹੈ ਸਾਫ ਨੇ ਬਾਕੀ ਇਹ ਵੇਖੋ ਜੀ ਇਹ ਰਿਮ ਤੁਹਾਨੂੰ ਚਾਰੇ ਰਿਮ ਵਖਾ ਦੇਵਾਂ ਇੱਕ ਵਾਰ ਇਹ ਵੇਖੋ ਰਿਮ ਤੇ ਟਾਇਰ ਇਹ ਰਿਮ ਤੇ ਟਾਇਰ ਹੋ ਗਏ ਇਸ ਤੋਂ ਬਾਅਦ ਇਹ ਦੀ ਕੰਡੀਸ਼ਨ ਜੇ ਫਿਲਟਰਾਂ ਵਾਲੇ ਪਾਸੇ ਦੀ ਭਾਈ ਇਹਨਾਂ ਤੇਲ ਜਿਹੜਾ ਕਾਹਦਾ ਡੁੱਲਿਆ ਹੋਇਆ अच्छा आज दे फिल्टर ਬਦਲਾ ਕੇ ਲਿਆਏ ਆ ਤੇ ਆ ਤਾਂ ਇਹਨਾਂ ਤੇਲ ਤੇ ਥੱਲਿਓਂ ਤਾਂ ਤਕਰੀਬਨ ਕੋਈ ਲੀਕੇਜ ਤੇ ਕੋਈ ਨਹੀਂ ਦਿਸਦੀ ਹੈਗੀ ਠੀਕ ਆ ਹਾਂ ਲੀਕੇ ਜਾਂਦੇ ਭਾਈ ਥੱਲੇ ਕੋਈ ਨਹੀਂ ਹੈਗੀ ਥੱਲਿਓਂ ਖੁਸ਼ਕ ਆ ਐ ਵੇਹ ਲੋ ਬੋ ਤੇ ਅੱਜ ਆਂਦੇ ਮੋਬਾਈਲ ਵੀ ਅਸੀਂ ਬਦਲਣਾ ਹੈ ਆ ਵੇਖੋ ਤੇ ਇਹਦਾ ਪੰਪ ਹੋਏ ਨੂੰ ਕਿੰਨੀ ਦੇਰ ਹੋ ਗਈ 3 ਮਿੰਟ ਹੋ ਗਏ ਜੀ ਪੰਪ ਹੋਏ ਨੂੰ ਤੇ ਆਹ ਦਾ ਨਾ ਬੰਪਰ ਲੱਗਾ ਹੋਇਆ ਦੇਖ ਲਵੋ ਲੋਹਰੀ ਬੰਪਰ ਕਹਿੰਦੇ ਲੱਗਾ ਜੀ ਲੋਹਰੀ ਬੰਪਰ ਤੇ ਇਹਦੇ ਹੁੱਕ ਵੀ ਨਾਲ ਦੋਗੇ ਕਿ ਨਹੀਂ ਹਿਚ ਹਾਂ ਹੁੱਕ ਨਾਲ ਦੇਣਗੇ ਭਾਜੀ ਹੁੱਕ ਨਾਲ ਹੀ ਦੇਣਗੇ ਤੇ ਹੋਰ ਤੇ ਨਹੀਂ ਕੋਈ ਹਲ ਕਰਾ ਕੋਈ ਓਜ਼ਾਰ ਤੇ ਕੋਈ ਨਹੀਂ ਨਾਲ ਨਹੀਂ ਜੀ ਹੋਰ ਓਜ਼ਾਰ ਵਗੈਰਾ ਕੋਈ ਸ਼ੈ ਕੋਈ ਨਹੀਂ ਇਹ ਟਰੈਕਟਰ ਹੀ ਆ ਜੇ ਇਧਰ ਆ ਨਾਟਕਾ ਵਾਲੇ ਲੱਗੇ ਹੋਏ ਨੇ ਇਸ ਕਰਕੇ ਇਥੋਂ ਖੋਲਤੇ ਆਪਾਂ ਸਕਦੇ ਨਹੀਂ ਤੇ ਇਹ ਕੰਡੀਸ਼ਨ ਵੇਖ ਲਵੋ ਇਥੋਂ ਨੇੜੇ ਕਰਕੇ ਵੇਖ ਲੈਨੇ ਆਪਾਂ ਆ ਵੇਖੋ ਇੰਜਣੇ ਦਾ ਕਿੰਨਾ ਹੈਗਾ ਜੇ ਕਿੰਨੇ ਪੁਆਇੰਟ ਬਣਦਾ ਕਿੰਨੇ ਅੰਨੇ ਬਣਦਾ ਇਹਰੇ ਨੇ ਭਾਈ 10 ਤੋਂ 12 ਪੁਆਇੰਟ ਇਹਦਾ ਇੰਜਣ ਖਲੋਤਾ ਜੇ ਠੀਕ ਹੈ ਇੱਕ ਸਾਲ ਪਹਿਲਾਂ ਲਿਆ ਸੀ ਇਹ ਟਰੈਕਟਰ ਤੇ ਇੰਜਣਾਂ ਦੇ ਅਸੀਂ ਨਹੀਂ ਕਰਵਾਇਆ ਕਿਉਂਕਿ ਇਹਦਾ ਜ਼ੋਰ ਦਾ ਕੰਮ ਸੀ ਇਹ ਕੋਈ ਲਿਆ ਹੀ ਕੋਈ ਨਹੀਂ ਗਾ ਤੇ ਕੜਾ ਪੀਨੀਆਂ ਜਾਨੀਆਂ ਨੇ ਵਿਲੈਤੀ ਦੇਸੀ ਕੀ ਚੱਕਰ ਹੈ ਹਨ ਖਲਾਏ ਆਂਦੇ ਭਾਈ ਅਸੀਂ ਤੇ ਖਲਾਇਆ ਹੀ ਨਹੀਂ ਵਿਲੈਤੀ ਕਰਕੇ ਲਿਆ ਏ ਜਦੋਂ ਦਾ ਲਿਆ ਏ ਤੇ ਅਜੇ ਤੱਕ ਖਲਾਇਆ ਕੋਈ ਨਹੀਂ ਗਾ ਇਹ ਵੇਖ ਲਵੋ ਕੈ ਤਾਂ ਕਹਿੰਦੇ ਭਾਈ ਜਿੱਦਾਂ ਹੈ ਇਦਾਂ ਹੀ ਦੇਣਾ ਹੈਗਾ ਨਾ ਅਸੀਂ ਖਲਾਇਆ ਤੇ ਨਾ ਖਲਾਉਣ ਦੇਣਾ ਠੀਕ ਹੈ ਗਿਆ ਕਹਿੰਦੇ ਭਾਈ ਇਦਾਂ ਲਿਆ ਸੀ ਤੇ ਇਦਾਂ ਹੀ ਦੇਣਾ ਆ ਵੀ ਲੋ ਮੁਰਾਦ ਵੀ ਵੇਖ ਲਵੋ ਐ ਇਧਰੋਂ ਵੇਖ ਲਵੋ 140 ਮੁਰਾਦ 12 ਵਾਲਾ ਤਹਿਸੀਲ ਚਿਸ਼ਤੀਆਂ ਤਹਿਸੀਲ ਚਿਸ਼ਤੀਆਂ 140 ਮੁਰਾਦ ਦੇ ਵਿੱਚ ਖਲੁੱਤੀ ਹੈ ਗੱਡੀ ਭਾਈ ਤੇ ਡਿਮਾਂਡ ਹੈਗੀ ਇਹਨਾਂ ਦੀ 3 ਲੱਖ ਰੁਪਇਆ ਬਾਕੀ ਜੋ ਕੋਈ ਵਾਧਾ ਘਾਟਾ ਕਰਨਾ ਹੋਵੇ ਭਾਈ ਤੇ ਤੁਸੀਂ ਕਾਲ ਕਰ ਲਓ ਇਹਨਾਂ ਨੂੰ ਅੱਲਾਹ ਕਰੇ ਤੁਹਾਡਾ ਸੌਦਾ ਹੋ ਜਾਵੇ ਭਾਈ ਸ਼ੁਕਰੀਆ ਅੱਲਾਹ ਹਾਫਿਜ਼